PSPCL JEE ਐਗਜ਼ਾਮ ਦੀ ਤਿਆਰੀ ਦੇ ਲਈ 10th ਲੈਕਚਰ ਹੈ ਅਤੇ ਅੱਜ ਦੇ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਨੈਟਵਰਕ ਥਿਊਰਮਸ ਦੇ ਬਾਰੇ ਵਿੱਚ ਕਿ ਨੈਟਵਰਕ ਥਿਊਰਮਸ ਕੀ ਹੁੰਦੀਆਂ ਨੇ ਅਤੇ ਇਹਨੂੰ ਆਪਾਂ ਬਹੁਤਾ ਜ਼ਿਆਦਾ ਡੀਪਲੀ ਨਹੀਂ ਪੜ੍ਹਨਾ, ਇਹਨੂੰ ਅਸੀਂ ਸਿਰਫ ਇਗਜ਼ਾਮ ਦੇ ਪੁਆਇੰਟ ਆਫ ਵਿਊ 'ਤੇ ਪੜ੍ਹਨਾ ਹੈ ਕਿ ਜਿਹੜੇ ਜਿਹੜੇ ਕੁਐਸਚਨਸ ਜਿਹੜੇ ਆ ਫਰੇਮ ਹੋ ਸਕਦੇ ਨੇ ਨੈਟਵਰਕ ਥਿਊਰਮਸ ਤੋਂ, ਸਿਰਫ ਉੱਤੇ ਹੀ ਫੋਕਸ ਕਰਨਾ, ਕਿਉਂਕਿ ਵੈਸੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨੈਟਵਰਕ ਥਿਊਰਮਸ ਦੇ ਵਿੱਚ ਹੁੰਦੀਆਂ ਨੇ, ਬਟ ਆਪਾਂ ਜਿਹੜਾ ਟੱਚ ਕਰਾਂਗੇ ਸਿਰਫ ਮੇਨ ਮੇਨ ਜਿਹੜੇ ਸਾਡੇ ਪੁਆਇੰਟਸ ਨੇ ਉਹਨੂੰ ਹੀ ਟੱਚ ਕਰਾਂਗੇ। ਓਕੇ ਕਲੀਅਰ? ਅਤੇ ਬੇਸਿਕਲੀ 4 ਥਿਊਰਮਸ ਨੇ ਜਿਹਨੂੰ ਆਪਾਂ ਡਿਸਕਸ ਕਰਾਂਗੇ ਅੱਜ ਦੇ ਇਸ ਲੈਕਚਰ ਦੇ ਵਿੱਚ। ਫਸਟ ਥਿਊਰਮ ਹੈਗੀ ਹੈ ਥੈਮਲਿਨ ਥਿਊਰਮ। ਸੈਕਿੰਡ ਥਿਊਰਮ ਹੈਗੀ ਹੈ ਨੋਟਨਸ ਥਿਊਰਮ। ਥਰਡ ਥਿਊਰਮ ਹੈਗੀ ਆ ਸੁਪਰ ਪੋਜੀਸ਼ਨ ਥਿਊਰਮ। ਦੈਨ ਫੋਰਥ ਹੈਗੀ ਆ ਮੈਕਸਿਮਮ ਪਾਵਰ ਟ੍ਰਾਂਸਫਰ ਥਿਊਰਮ। ਓਕੇ, ਆਪਾਂ ਬੇਸਿਕਲੀ ਇਹ ਜਿਹੜੀਆਂ 4 ਥਿਊਰਮਸ ਨੇ ਇਹਨੂੰ ਅੱਜ ਦੇ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਅਤੇ ਇਹਨਾਂ ਦੇ ਮੇਨ ਮੇਨ ਪੁਆਇੰਟਸ ਜਿਹੜੇ ਉਹ ਡਿਸਕਸ ਕਰਾਂਗੇ। ਥਿਊਰਮਸ ਕਿਉਂ ਆਪਾਂ ਯੂਜ਼ ਕਰਦੇ ਹਾਂ, ਥਿਊਰਮਸ ਦਾ ਕੀ ਕੰਮ ਹੁੰਦਾ ਇਲੈਕਟ੍ਰੀਕਲ ਸਰਕਿਟ ਦੇ ਵਿੱਚ? ਇਲੈਕਟ੍ਰੀਕਲ ਸਰਕਿਟ ਦੇ ਵਿੱਚ ਜੋ ਆਪਾਂ ਚੀਜ਼ ਕੈਲਕੂਲੇਟ ਕਰਨੀ ਹੈ, ਕੈਲਕੂਲੇਟ ਕੀ ਕਰਨਾ ਹੁੰਦਾ, ਕਰੰਟ ਜਾਂ ਵੋਲਟੇਜ, ਇਹ ਆਪਾਂ ਆਸਾਨੀ ਦੇ ਨਾਲ ਕਰ ਸਕਦੇ ਹਾਂ। ਹੁਣ ਕਿਹੜੀ ਥਿਊਰਮ ਕਿੱਥੇ ਲਗਾਉਣੀ ਹੈ, ਕਿਹੜੀ ਥਿਊਰਮ ਕਿੱਥੇ ਲਗਾਉਣੀ ਹੈ, ਉਹ ਹੁਣ ਆਪਾਂ ਇਹ ਅੱਜ ਦੇ ਇਸ ਲੈਕਚਰ 'ਚ ਡਿਸਕਸ ਕਰਾਂਗੇ। ਜਿੱਦਾਂ ਹੁਣ ਮੰਨ ਲਓ ਬੇਸਿਕ ਪ੍ਰੋਬਲਮਸ ਹੈਗੀਆਂ ਨੇ ਸਰਕਟ ਦੇ ਨਾਲ ਰਿਲੇਟਡ, ਉੱਥੇ ਅਸੀਂ ਓਮਸ ਲਾ ਜਿਹੜਾ ਵਾ ਉਹ ਯੂਜ਼ ਕਰ ਸਕਦੇ ਹਾਂ। ਥੋੜ੍ਹਾ ਜਿਹਾ ਸਰਕਿਟ ਹੋਰ ਕੰਪਲੈਕਸ ਹੋ ਗਿਆ, ਉੱਥੇ ਫਿਰ ਕਿਰਚੋਫਸ ਲਾ ਆ ਜਾਂਦੇ ਨੇ, ਠੀਕ ਹੈ? ਅਤੇ ਜੇ ਸਰਕਿਟ ਹੋਰ ਕੰਪਲੈਕਸ ਹੁੰਦੇ ਜਾਣ ਤਾਂ ਫਿਰ ਉਸ ਤੋਂ ਬਾਅਦ ਥਿਊਰਮਸ ਆ ਜਾਂਦੀਆਂ ਨੇ, ਠੀਕ ਹੈ? ਕਿਰਚੋਫਸ ਲਾ ਆ ਜਾਣਗੇ, ਠੀਕ ਹੈ? ਨੋਡਲ ਅਨਾਲਿਸਿਸ ਵੀ ਹੁੰਦਾ ਵਾ, ਉਸ ਤੋਂ ਬਾਅਦ ਮੈਸ਼ ਅਨਾਲਿਸਿਸ ਵੀ ਹੁੰਦਾ ਹੈ। ਉਹ ਮੇਨ ਉਹਨੂੰ ਆਪਾਂ ਤਾਂ ਨਹੀਂ ਡਿਸਕਸ ਕਰਦੇ ਪਏ, ਮੇਨ ਜਿਹੜਾ ਰੀਜ਼ਨ ਕੀ ਆ ਕਿ ਉਹਦੇ ਵਿੱਚ ਕਾਫੀ ਘੱਟ ਜਿਹੜਾ ਪੇਪਰ ਆਉਂਦਾ ਹੈ, ਠੀਕ ਹੈ? ਨਾ ਦੇ ਬਰਾਬਰ ਹੀ ਕਹਿ ਲਓ, ਫਿਰ ਵੀ ਜੇ ਲਾਸਟ 'ਤੇ ਟਾਈਮ ਹੋਏਗਾ ਤਾਂ ਉਹਦੇ 'ਤੇ ਵੀ ਇੱਕ ਲੈਕਚਰ ਜਿਹੜਾ ਮੈਂ ਬਣਾ ਦਾਂਗਾ। ਫਿਲਹਾਲ ਆਪਾਂ ਅੱਜ ਦੇ ਇਸ ਲੈਕਚਰ ਦੇ ਵਿੱਚ ਥਿਊਰਮਸ ਨੂੰ ਡਿਸਕਸ ਕਰਾਂਗੇ ਅਤੇ ਸਟਾਰਟ ਕਰਦੇ ਹਾਂ ਥੈਮਲਿਨ ਥਿਊਰਮ। ਓਕੇ, ਹੁਣ ਹੁੰਦਾ ਕੀ ਹੈ ਕਿ ਸਾਡੇ ਕੋਲ ਇੱਕ ਸਰਕਿਟ ਹੈ, ਉਹ 'ਚ ਬਹੁਤ ਸਾਰੇ ਰਜਿਸਟਰ ਕਨੈਕਟਡ ਨੇ, ਠੀਕ ਹੈ? ਬਹੁਤ ਸਾਰੇ ਰਜਿਸਟਰ ਕਨੈਕਟਡ ਨੇ। ਓਕੇ, ਰਜਿਸਟਰ ਵੀ ਕਨੈਕਟਡ ਹੋ ਸਕਦੇ ਨੇ, ਉਸ ਤੋਂ ਬਾਅਦ ਕਪੈਸਿਟਰ ਵੀ ਹੋ ਸਕਦੇ ਨੇ, ਜਾਂ ਫਿਰ ਕਹਿ ਲਓ ਕਿ ਇੰਡਕਟਰ ਵੀ ਹੋ ਸਕਦੇ ਨੇ। ਮਤਲਬ ਜਿਹੜਾ ਸਾਡਾ ਸਰਕਿਟ ਹੈ ਉਹ RLC ਹੋ ਸਕਦਾ ਹੈ, RLC ਮਤਲਬ ਰਜਿਸਟਰ ਵੀ ਹੋ ਸਕਦੇ ਨੇ, ਇੰਡਕਟਰ ਵੀ ਹੋ ਸਕਦੇ ਨੇ, ਕਪੈਸਿਟਰ ਵੀ ਹੋ ਸਕਦੇ ਨੇ, ਠੀਕ ਹੈ? ਸਰਕਿਟ ਦੇ ਵਿੱਚ ਕਨੈਕਟਡ ਅਤੇ ਇੱਕ ਮੰਨ ਲਓ ਵੋਲਟੇਜ ਸੋਰਸ ਹੋ ਸਕਦਾ ਜਾਂ ਫਿਰ ਇਹ ਕਰੰਟ ਸੋਰਸ ਵੀ ਹੋ ਸਕਦਾ ਹੈ, ਕਿਉਂਕਿ ਸਾਡੇ ਕੋਲ ਜਿਹੜੇ ਐਨਰਜੀ ਦੇ ਸੋਰਸਿਸ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਵੋਲਟੇਜ ਸੋਰਸ ਹੁੰਦਾ, ਇੱਕ ਕਰੰਟ ਸੋਰਸ ਹੁੰਦਾ ਹੈ, ਕਲੀਅਰ? ਅਤੇ ਇਹਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਇਸ ਬ੍ਰਾਂਚ ਦੇ ਵਿੱਚੋਂ ਕਰੰਟ ਫਾਇੰਡ ਕਰਨਾ ਹੈ ਆਪਾਂ, ਠੀਕ ਹੈ? ਏ
ਤੇ ਬੀ ਦੇ ਵਿੱਚ ਵੇਖਣਾ ਕਿ ਜਿਹੜੇ ਰਜਿਸਟਰ ਕਨੈਕਟਡ ਹੈ ਉਹ 'ਚੋਂ ਕਿੰਨਾ ਕਰੰਟ ਫਲੋ ਕਰਦਾ ਪਿਆ ਹੈ, ਕਿੰਨਾ ਕਰੰਟ ਜਿਹੜਾ ਵਾ ਉਹ ਏ ਅਤੇ ਬੀ ਰਜਿਸਟਰ ਦੇ ਵਿੱਚੋਂ ਫਲੋ ਕਰਦਾ ਪਿਆ ਹੈ। ਠੀਕ ਹੈ, ਉਹਦੇ ਵਾਸਤੇ ਹੁਣ ਆਪਾਂ ਥਿਊਰਮ ਨੂੰ ਅਪਲਾਈ ਕਰਾਂਗੇ, ਇਸ ਥਿਊਰਮ ਨੂੰ ਅਪਲਾਈ ਕਰਾਂਗੇ। ਸਾਡੇ ਕੋਲ ਕਿੰਨੇ ਬਾਕੀ ਰਜਿਸਟਰ ਬਚੇ ਨੇ? 4 ਅਤੇ 5। ਠੀਕ ਹੈ, ਹੁਣ ਇੱਕ ਆਪਾਂ ਜਿਹੜੇ ਪ੍ਰੀਵੀਅਸ ਲੈਕਚਰਸ ਨੇ ਉਹਦੇ ਵਿੱਚ ਮੈਂ ਤੁਹਾਨੂੰ ਇਕੁਲੈਂਟ ਰਜਿਸਟੈਂਸ ਵੀ ਕੱਢਣਾ ਦੱਸਿਆ ਕਿ ਇਕੁਲੈਂਟ ਰਜਿਸਟੈਂਸ ਨੂੰ ਆਪਾਂ ਕਿੱਦਾਂ ਕੈਲਕੂਲੇਟ ਕਰਦੇ ਹਾਂ। ਹੁਣ ਇਹਦੇ ਵਿੱਚ ਵੀ ਆਪਾਂ ਕੀ ਕਰਨਾ ਹੈ, ਇਸ ਬ੍ਰਾਂਚ ਨੂੰ ਰਿਮੂਵ ਕਰ ਦੇਣਾ ਹੈ ਜਿਹਦੇ ਵਿੱਚੋਂ ਆਪਾਂ ਕਰੰਟ ਨੂੰ ਫਾਇੰਡ ਕਰਨਾ ਹੈ। ਠੀਕ ਆ, ਜਿਹੜੇ ਇਸ ਬ੍ਰਾਂਚ ਦੇ ਵਿੱਚੋਂ ਕਰੰਟ ਨੂੰ ਆਪਾਂ ਕੈਲਕੂਲੇਟ ਕਰਨਾ ਹੈ ਉਸ ਬ੍ਰਾਂਚ ਨੂੰ ਆਪਾਂ ਰਿਮੂਵ ਕਰ ਦੇਣਾ ਹੈ। ਮਤਲਬ ਇਹ ਕੀ, ਇਹ ਸਾਡੇ ਕੋਲ ਜੇਗਾ ਓਪਨ ਸਰਕਿਟ, ਕਲੀਅਰ। ਅਤੇ ਜਿਹੜਾ ਬਾਕੀ ਦਾ ਸਰਕਿਟ ਹੋਏਗਾ ਇਹਨੂੰ ਆਪਾਂ ਸਿੰਗਲ ਰਜਿਸਟੈਂਸ ਦੇ ਵਿੱਚ ਕਨਵਰਟ ਕਰ ਦੇਣਾ ਹੈ। ਠੀਕ ਹੈ, ਜਿੱਦਾਂ ਮੰਨ ਲਓ ਸਾਡੇ ਕੋਲ 5 ਰਜਿਸਟੈਂਸ ਨੇ, ਆਪਾਂ ਇਹਨੂੰ ਸਿੰਗਲ ਰਜਿਸਟੈਂਸ ਦੇ ਵਿੱਚ ਕਨਵਰਟ ਕਰ ਦੇਣਾ ਹੈ, ਜਿਹਨੂੰ ਕੀ ਕਹਿੰਦੇ ਨੇ RTH, ਜਿਹਨੂੰ ਕੀ ਕਹਾਂਗੇ RTH। ਅਤੇ ਜਿਹੜਾ ਸਾਡਾ ਏ ਵਾਲਾ ਸਰਕਿਟ ਹੈ, ਠੀਕ ਹੈ, ਏ ਅਤੇ ਬੀ, ਇੱਥੇ ਆਪਾਂ ਓਪਨ ਸਰਕਿਟ ਵੋਲਟੇਜ ਨੂੰ ਫਾਇੰਡ ਕਰ ਲੈਣਾ ਹੈ। ਠੀਕ ਹੈ, ਜਦੋਂ ਆਪਾਂ ਇਹਨੂੰ ਓਪਨ ਕਰਨਾ ਹੈ ਤਾਂ ਇੱਥੇ ਆਪਾਂ ਓਪਨ ਸਰਕਿਟ ਵੋਲਟੇਜ ਫਾਇੰਡ ਕਰ ਲੈਣੀ ਹੈ, ਜਿਹਨੂੰ ਕੀ ਕਹਿੰਦੇ ਨੇ ETH, ਜਿਹਨੂੰ ਕੀ ਕਹਾਂਗੇ ਆਪਾਂ ETH। ETH ਕੀ ਹੈ? ETH ਕੀ ਹੈ? ਥੈਵਨਿਨ ਵੋਲਟੇਜ। ETH ਕੀ ਹੈ? ਥੈਵਨਿਨ ਵੋਲਟੇਜ, ਕਲੀਅਰ। ਅਤੇ RTH ਕੀ ਹੈ? ਥੈਵਨਿਨ ਰਜਿਸਟੈਂਸ, ਥੈਵਨਿਨ ਰਜਿਸਟੈਂਸ। ਓਕੇ, ਅਤੇ ਇਹਨੂੰ ਥੈਵਨਿਨ ਵੋਲਟੇਜ ਨੂੰ ਓਪਨ ਸਰਕਿਟ ਵੋਲਟੇਜ ਵੀ ਬੋਲਦੇ ਨੇ। ਠੀਕ ਹੈ, ਓਪਨ ਸਰਕਿਟ ਵੋਲਟੇਜ ਵੀ ਬੋਲਦੇ ਨੇ। ਕਲੀਅਰ ਹੋ ਗਿਆ? ਹੁਣ ਕੀ ਕਰਾਂਗੇ, ਜਿਹੜੀ ਆਪਾਂ ਮੰਨ ਲਓ ਇਹ ਸਾਡੇ ਕੋਲ ਸਾਰਾ ਸਰਕਿਟ ਹੈ, ਇਹਨੂੰ ਅਸੀਂ ਰਿਪਲੇਸ ਕਰ ਦਾਂਗੇ ਸਿੰਗਲ ਵੋਲਟੇਜ ਸੋਰਸ, ਸਿੰਗਲ ਵੋਲਟੇਜ ਸੋਰਸ। ਠੀਕ ਹੈ, ਜਿਹਦਾ ਆਪਾਂ ਨਾਮ ਦਿੱਤਾ ਹੈ ETH। ਠੀਕ ਹੈ, ਇਹਦੇ ਸੀਰੀਜ਼ ਦੇ ਵਿੱਚ ਇੱਕ ਰਜਿਸਟੈਂਸ ਕਨੈਕਟ ਕਰ ਦਾਂਗੇ। ਕਿਹੜੀ ਰਜਿਸਟੈਂਸ? ਜਿਹੜੀ ਆਪਾਂ 5 ਰਜਿਸਟੈਂਸ ਜਿਹੜੀਆਂ ਨੇ ਇਹਨੂੰ ਕੈਲਕੂਲੇਟ ਕਰਕੇ ਆਪਾਂ ਮਤਲਬ ਇਕੁਇਵਲੈਂਟ ਰਜਿਸਟੈਂਸ ਕੱਢੀਏ ਉਹਨੂੰ ਕਰ ਦਾਂਗੇ। ਇਹ ਸਾਡੇ ਕੋਲ ਕੀ ਆ, ਇਹ ਜਿਹੜੀਆਂ ਚੀਜ਼ਾਂ ਦੋ ਆ ਜਾਂਦੀਆਂ। ਉਸ ਤੋਂ ਬਾਅਦ ਜਿਹੜੀ ਬ੍ਰਾਂਚ ਆਪਾਂ ਰਿਮੂਵ ਕੀਤੀ ਹੈ ਉਹਨੂੰ ਕਨੈਕਟ ਕਰ ਲਾਂਗੇ, ਅਤੇ ਉਹਦੇ ਵਿੱਚੋਂ ਆਪਾਂ ਕਰੰਟ ਨੂੰ ਫਾਇੰਡ ਕਰ ਲਾਂਗੇ ਕਿ ਕਿੰਨਾ ਇਹਦੇ ਵਿੱਚੋਂ ਕਰੰਟ ਜਿਹੜਾ ਵਾ ਫਲੋ ਕਰਦਾ ਪਿਆ ਸੀ। ਠੀਕ ਹੈ, RL, ਠੀਕ ਹੈ, RL ਹੀ ਕਵਾਂਗੇ ਨਾ, ਲੋਡ ਰਜਿਸਟਰ। ਅਤੇ ਜਿਹੜਾ ਕਰੰਟ ਹੈ IL, ਉਹ ਕਿੱਦਾਂ ਕੈਲਕੂਲੇਟ ਕਰਾਂਗੇ? IL ਇਜ਼ ਇਕਲ ਟੂ ETH ਡਿਵਾਈਡਡ ਬਾਏ RTH ਪਲੱਸ RL। ਓਕੇ, ਹੁਣ ਇਹਦੇ 'ਚ ਕੁਸ਼ਚਨ ਕਿਸ ਤਰ੍ਹਾਂ ਦਾ ਆ ਸਕਦਾ ਹੈ? ਠੀਕ ਹੈ, ਉਹ ਮੈਂ ਤੁਹਾਨੂੰ ਦੱਸ ਦਿੰਦਾ ਵਾਂ। ਐਨੀ, ਇਹਦੀ ਸਟੇਟਮੈਂਟ ਦੇ ਵਿੱਚ ਹੀ ਸਾਰਾ ਕੁਝ ਨਿਕਲ ਆਉਣਾ ਹੈ। ਐਨੀ ਲੀਨੀਅਰ ਬਾਇਲੇਟਰਲ ਨੈਟਵਰਕ ਹੈਵਿੰਗ, ਬਾਇਲੇਟਰਲ ਨੈਟਵਰਕ ਹੈਵਿੰਗ, ਨੈਟਵਰਕ ਹੈਵਿੰਗ ਟਰਮੀਨਲਸ ਏ ਐਂਡ ਬੀ, ਟਰਮੀਨਲਸ ਜਿੱਦਾਂ ਕਿ ਆਹ ਤੁਸੀਂ ਦੇਖ ਸਕਦੇ ਜੀ, ਟਰਮੀਨਲਸ ਹੈਵਿੰਗ ਟਰਮੀਨਲਸ, ਟਰਮੀਨਲਸ ਏ ਐਂਡ ਬੀ, ਏ ਐਂਡ ਬੀ ਕੈਨ ਬੀ ਰਿਪਲੇਸਡ ਬਾਏ, ਕੈਨ ਬੀ ਰਿਪਲੇਸਡ ਬਾਏ
ਰਿਪਲੇਸਡ ਬਾਏ ਅ ਸਿੰਗਲ ਸੋਰਸ ਆਫ EMF, ਸੋਰਸ ਆਫ EMF ETH in series with a single resistance RTH, single resistance RTH. ਠੀਕ ਹੈ, ਮੇਨ ਚੀਜ਼ ਕੀ ਆ, ਜਿਹੜੀ ETH ਵਾ, ਜਿਹੜਾ ਸਰਕਿਟ ਹੈ ਉਹਨੂੰ ਆਪਾਂ ਸਿੰਗਲ ਵੋਲਟੇਜ ਸੋਰਸ 'ਚ ਕਨਵਰਟ ਕਰ ਲਿਆ, ਨਾਲ ਹੀ ਇੱਕ ਸਿੰਗਲ ਰਜਿਸਟੈਂਸ ਦੇ ਵਿੱਚ ਕਨਵਰਟ ਕਰ ਲਿਆ. ਓਕੇ, ਅਤੇ ਜਿਹੜਾ ਰਜਿਸਟੈਂਸ ਹੋਏਗੀ ਉਹ ETH ਮਤਲਬ ਸੋਰਸ ਦੇ ਸੀਰੀਜ਼ ਦੇ ਵਿੱਚ ਕਨੈਕਟਡ ਹੋਏਗੀ, ਸੋਰਸ ਦੇ ਸੀਰੀਜ਼ ਦੇ ਵਿੱਚ ਕਨੈਕਟਡ ਹੋਏਗੀ. ਕਲੀਅਰ ਹੋ ਗਿਆ? ਇਹ 'ਚੋਂ ਕੁਐਸਚਨ ਕੀ ਆ ਜਾਏਗਾ ਕਿ ਥੈਮਨਿਨ ਥਿਊਰਮ ਦੇ ਵਿੱਚ ਜਿਹੜਾ ਸੋਰਸ ਹੈ ETH, ਜਿਹੜੀ ਆਪਾਂ ਕੈਲਕੂਲੇਟ ਕਰਦੇ ਹਾਂ ਓਪਨ ਸਰਕਿਟ ਵੋਲਟੇਜ, ਉਹ ਕਿਸ ਤਰੀਕੇ ਨਾਲ ਕਨੈਕਟਡ ਹੁੰਦੀ ਹੈ RTH ਦੇ ਨਾਲ ਸੀਰੀਜ਼ ਦੇ ਵਿੱਚ. ਠੀਕ ਹੈ, ਇਹ ਸੀਰੀਜ਼ ਦੇ ਵਿੱਚ ਕਨੈਕਟਡ ਹੁੰਦੀ ਹੈ. ਕਲੀਅਰ ਹੋ ਗਿਆ? ਇੱਥੇ ਸਿਰਫ ਇੱਦਾਂ ਦਾ ਹੀ ਕੁਐਸਚਨ ਜਿਹੜਾ ਵਾ ਤੁਹਾਡਾ ਬਣਨਾ ਹੈ. ਨੈਕਸਟ ਆ ਗਿਆ ਨੋਟਨਸ ਥਿਊਰਮ. ਨੋਟਨਸ ਥਿਊਰਮ, ਨੋਟਨਸ ਥਿਊਰਮ, ਠੀਕ ਹੈ, ਜਿਹੜੀ ਇਹ ਵਾਲੀ ਥਿਊਰਮ ਹੈ ਇਹ ਉਲਟ ਹੈ ਥੈਮਨਿਨ ਥਿਊਰਮ ਦੇ. ਠੀਕ ਹੈ, ਇਟ ਇਜ਼ ਕਨਵਰਸ ਆਫ ਨੋਟਨਸ ਥਿਊਰਮ, ਨੋਟਨਸ ਥਿਊਰਮ. ਠੀਕ ਹੈ, ਇਹ ਨੋਟਨਸ ਥਿਊਰਮ ਦੇ ਉਲਟੇ, ਇਹ ਨੋਟਨਸ ਥਿਊਰਮ ਦੇ ਉਲਟੇ, ਸੋਰੀ ਥੈਮਨਿਨ ਥਿਊਰਮ ਦੇ. ਇੱਥੇ ਨੋਟਨਸ ਮੈਂ ਲਿਖਤਾ, ਇਟ ਇਜ਼ ਅ ਕਨਵਰਸ ਆਫ ਥੈਮਨਿਨ ਥਿਊਰਮ, ਇਹ ਥੈਮਨਿਨ ਥਿਊਰਮ ਦੇ ਉਲਟੇ, ਥੈਮਨਿਨ ਥਿਊਰਮ ਦੇ ਇਹ ਉਲਟੇ. ਠੀਕ ਹੈ, ਉਹਦੇ ਵਿੱਚ ਵੋਲਟੇਜ ਸੋਰਸ ਹੀ, ਠੀਕ ਹੈ, ETH ਲੈਂਦੇ ਹਾਂ, ਇਹਦੇ 'ਚ ਆਪਾਂ ਕਰੰਟ ਸੋਰਸ ਲੈਣਾ ਹੈ. ਇਹਦੇ ਵਿੱਚ ਵੀ ਇਸੇ ਤਰੀਕੇ ਦਾ ਕੋਈ ਸਰਕਿਟ ਹੈ, ਲਗਾ ਲਓ ਕੋਈ ਸਰਕਿਟ, ਠੀਕ ਹੈ, ਕੋਈ ਸਰਕਿਟ ਹੈ, ਉਹਨਾਂ ਨੇ ਕਹਿਤਾ ਜੀ ਇਹਦੇ ਵਿੱਚ ਕਰੰਟ ਫਾਇੰਡ ਕਰ ਦਿਓ. ਠੀਕ ਹੈ, ਸਿੰਪਲ ਰਜਿਸਟੈਂਸ ਹੀ ਕਨੈਕਟਡ ਕਰ ਦਿੰਦੇ ਹਾਂ ਸਾਰੀਆਂ. ਠੀਕ ਹੈ, ਅਤੇ ਇਸ ਤਰੀਕੇ ਦਾ ਕੋਈ ਸਰਕਿਟ ਹੈ, ਅਤੇ ਇਹਦੇ ਵਿੱਚ ਕਹਿਤਾ ਉਹਨਾਂ ਨੇ ਕਿ ਇਸ ਦੋ ਜਿਹੜੇ ਪੁਆਇੰਟ ਨੇ ਸਾਡੇ ਏ ਅਤੇ ਬੀ, ਇਹਦੇ ਥਰੂ ਕਿੰਨਾ ਕਰੰਟ ਫਲੋ ਕਰਦਾ ਪਿਆ ਉਹ ਕੈਲਕੂਲੇਟ ਕਰਨਾ ਹੈ, ਉਹਦੇ ਵਾਸਤੇ ਆਪਾਂ ਨੋਟਨ ਥਿਊਰਮ ਲਗਾਵਾਂਗੇ. ਠੀਕ ਹੈ, ਇਹ ਥੈਮਨਿਨ ਥਿਊਰਮ ਦੇ ਨਾਲ ਵੀ ਨਿਕਲ ਸਕਦਾ ਸੀ ਅਤੇ ਨੋਟਨ ਥਿਊਰਮ ਦੇ ਨਾਲ ਵੀ ਨਿਕਲ ਸਕਦਾ ਸੀ, ਇਸ ਕਰਕੇ ਇਹਨੂੰ ਮਤਲਬ ਕਹਿੰਦੇ ਆ ਉਲਟ ਕਹਿੰਦੇ ਆ ਥੈਮਨਿਨ ਥਿਊਰਮ ਦੇ. ਠੀਕ ਹੈ, ਇਹਦੇ ਵਿੱਚ ਕੀ ਕਰਨਾ ਆਪਾਂ, ਸਾਰੇ ਸਰਕਿਟ ਨੂੰ ਆਪਾਂ ਸਿੰਗਲ ਵੋਲਟੇਜ ਸੋਰਸ ਦੇ ਨਾਲ ਰਿਪਲੇਸ ਕਰਨਾ ਹੈ. ਠੀਕ ਹੈ, ਇੱਕ ਵੋਲਟੇਜ ਸਿੰਗਲ ਕਰੰਟ ਸੋਰਸ ਦੇ ਨਾਲ, ਠੀਕ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਨੋਟਨ ਕਰੰਟ, ਜਿਹਨੂੰ ਕਿ ਆਪਾਂ ਬੋਲਾਂਗੇ ਨੋਟਨ ਕਰੰਟ, ਅਤੇ ਇਹਦੇ ਇੱਕ ਪੈਰਲਲ ਦੇ ਵਿੱਚ ਰਜਿਸਟੈਂਸ ਜਿਹੜੀ ਕਨੈਕਟ ਕਰ ਦਾਂਗੇ ਉਸੇ ਤਰੀਕੇ ਦੇ ਨਾਲ ਜਿੱਦਾਂ ਆਪਾਂ ਥੈਮਨਿਨ ਥਿਊਰਮ ਦੇ ਵਿੱਚ ਕੈਲਕੂਲੇਟ ਕੀਤੀ. ਠੀਕ ਹੈ, ਇਹਨੂੰ ਕੀ ਆਪਾਂ ਕਹਿ ਦਾਂਗੇ RN, ਅਤੇ ਜਿਹੜੇ ਬਾਅਦ ਵਿੱਚ ਜਿਹੜੇ ਇਹ ਵਾਲੀ ਰਜਿਸਟੈਂਸ ਹੈ ਜਿਹਦੇ ਥਰੂ ਆਪਾਂ ਕਰੰਟ ਫਾਇੰਡ ਕਰਨਾ ਹੈ ਉਹਨੂੰ ਆਪਾਂ ਇੱਥੇ ਲਿਖ ਦਾਂਗੇ, ਇਹਨੂੰ ਆਪਾਂ RL ਦਾ ਨਾਮ ਦੇ ਦਾਂਗੇ, ਇਹ ਇੱਥੇ ਕਨੈਕਟ ਇਹਨੂੰ ਕਰ ਦਾਂਗੇ. ਠੀਕ ਹੈ, ਇਹ ਕੀ ਹੈ RL. ਕੀ ਕੀਤਾ ਵਾ ਕਿ ਜਿੰਨੀਆਂ ਰਜਿਸਟੈਂਸ ਨੇ ਸਾਰਿਆਂ ਦੀ ਆਪਾਂ ਇੱਕ ਰਜਿਸਟੈਂਸ ਕੈਲਕੂਲੇਟ ਕਰ ਲਈਏ, ਕਿਹਨੂੰ ਲੋਡ ਰਜਿਸਟੈਂਸ ਨੂੰ ਛੱਡ ਕੇ. ਠੀਕ ਹੈ, ਆਪਾਂ ਕੀ ਫਾਇੰਡ ਕਰ ਲਿਆ ਹੈ RN,
ਠੀਕ ਹੈ। ਅਤੇ ਜਿਹੜਾ ਮਤਲਬ ਸਾਡੇ ਕੋਲ ਸੋਰਸ ਸੀ ਉਹਨੂੰ ਆਪਾਂ ਕਰੰਟ ਸੋਰਸ ਦੇ ਵਿੱਚ ਕਨਵਰਟ ਕਰ ਲਿਆ ਹੈ, ਜਿਹਨੂੰ ਕਿ ਆਪਾਂ ਕਹਿਤਾ ਹੈ IN, ਨੋਰਟਨ ਕਰੰਟ, ਠੀਕ ਹੈ, ਜਿਹਨੂੰ ਕਿ ਆਪਾਂ ਕਹਿੰਦੇ ਹਾਂ ਨੋਰਟਨ ਕਰੰਟ। ਓਕੇ, ਇਹਦੀ ਫਿਰ ਸਟੇਟਮੈਂਟ ਕੀ ਬਣੇਗੀ? ਐਨੀ ਲੀਨੀਅਰ ਬਾਇਲੇਟਰਲ, ਠੀਕ ਹੈ, ਲੀਨੀਅਰ ਦਾ ਮਤਲਬ ਕੀ ਆ ਕਿ ਇਹਦੇ ਜਿਹੜੇ ਦੋਨੋਂ ਸਾਈਡਸ ਤੇ ਜਿਹੜੇ ਕੈਰੈਕਟਰਿਸਟਿਕਸ ਨੇ, ਕਰੰਟ ਭਾਵੇਂ ਇੱਧਰ ਨੂੰ ਫਲੋ ਕਰਾ ਦਿਓ ਭਾਵੇਂ ਇੱਧਰ ਨੂੰ ਫਲੋ ਕਰਾ ਦਿਓ, ਇਹ ਸੇਮ ਰਹਿੰਦੇ ਆ। ਬਾਇਲੇਟਰਲ ਨੈਟਵਰਕ ਹੈਵਿੰਗ ਟੂ ਟਰਮੀਨਲਸ, ਨੈਟਵਰਕ ਹੈਵਿੰਗ ਟੂ ਟਰਮੀਨਲਸ, ਟੂ ਟਰਮੀਨਲਸ ਏ ਐਂਡ ਬੀ ਕੈਨ ਬੀ ਰਿਪਲੇਸਡ ਬਾਏ, ਏ ਐਂਡ ਬੀ ਕੈਨ ਬੀ ਰਿਪਲੇਸਡ ਬਾਏ, ਰਿਪਲੇਸਡ ਬਾਏ ਅ ਕਰੰਟ ਸੋਰਸ ਆਫ, ਕਰੰਟ ਬਾਏ ਅ ਕਰੰਟ ਸੋਰਸ ਆਫ, ਕਰੰਟ ਸੋਰਸ ਆਫ IN, ਜਾਂ ਕਹਿ ਲਓ ਕਰੰਟ ਸੋਰਸ ਆਫ ਕਰੰਟ ਆਊਟਪੁੱਟ IN, ਕਰੰਟ ਆਊਟਪੁੱਟ IN ਇਨ ਪੈਰਲਲ ਵਿਦ ਦਾ ਰਜਿਸਟੈਂਸ, ਇਨ ਪੈਰਲਲ ਵਿਦ ਆ ਰਜਿਸਟੈਂਸ, ਵਿਦ ਆ ਰਜਿਸਟੈਂਸ RN, RN। ਓਕੇ, ਕਿ ਲੀਨੀਅਰ ਜਿਹੜਾ ਸਰਕਿਟ ਹੈ ਬਾਇਲੇਟਰਲ ਨੈਟਵਰਕ ਲੀਨੀਅਰ, ਅਤੇ ਆਪਣਾ ਬਾਇਲੇਟਰਲ ਨੈਟਵਰਕ, ਲੀਨੀਅਰ ਦਾ ਮਤਲਬ ਤੁਹਾਨੂੰ ਦੱਸਦਾ ਬਾਇਲੇਟਰਲ ਦਾ ਮਤਲਬ ਵੀ ਇਹੀ ਹੁੰਦਾ ਕਿ ਦੋਨੋਂ ਸਾਈਡਸ 'ਤੇ ਉਹ ਆਪਾਂ ਐਲੀਮੈਂਟ ਲੈਂਦੇ ਪਏ ਹਾਂ ਜਿਨ੍ਹਾਂ ਦੇ ਦੋਨੋਂ ਸਾਈਡਸ 'ਤੇ ਕਰੰਟ ਜਿਹੜਾ ਫਲੋ ਕਰਦਾ ਪਿਆ ਹੈ। ਓਕੇ, ਅਤੇ ਦੋ ਟਰਮੀਨਲ ਨੇ ਸਾਡੇ, ਕਿਹੜਾ? ਏ ਅਤੇ ਬੀ, ਏ ਅਤੇ ਬੀ, ਠੀਕ ਹੈ। ਕੈਨ ਬੀ ਰਿਪਲੇਸਡ ਬਾਏ, ਆ ਜਿਹੜਾ ਪੂਰਾ ਨੈਟਵਰਕ ਹੈ ਨਾ, ਇਹਦੇ ਦੋ ਟਰਮੀਨਲ ਬਣ ਗਏ ਏ ਅਤੇ ਬੀ, ਇਹਨੂੰ ਪੂਰੇ ਨੈਟਵਰਕ ਨੂੰ ਆਪਾਂ ਰਿਪਲੇਸ ਕਰਤਾ ਏ, ਕਰੰਟ ਸੋਰਸ ਆਫ ਕਰੰਟ ਆਊਟਪੁੱਟ IN, ਠੀਕ ਹੈ, ਇਨ ਪੈਰਲਲ ਵਿਦ ਆਰ ਰਜਿਸਟੈਂਸ RN, ਇਨ ਪੈਰਲਲ ਵਿਦ ਆਰ ਰਜਿਸਟੈਂਸ RN। ਕਲੀਅਰ? ਇਹਦੇ ਵਿੱਚ ਵੀ ਇਹੀ ਆਏਗਾ ਕਿ ਜਿਹੜਾ ਕਰੰਟ ਸੋਰਸ ਹੈ ਉਹਦੇ ਪੈਰਲਲ ਦੇ ਵਿੱਚ ਰਜਿਸਟੈਂਸ ਜਿਹੜੀ RN ਕਨੈਕਟਡ ਹੁੰਦੀ ਹੈ। ਇਹਦੇ ਵਿੱਚ ਦੋ ਕੁਐਸਚਨ ਬਣ ਸਕਦੇ ਆ, ਇੱਕ ਕੁਐਸਚਨ ਤਾਂ ਇਹ ਆਏਗਾ ਕਿ ਥੈਮਲਿਨ ਥਿਊਰਮ ਦੇ ਜਿਹੜੀ ਕਨਵਰਸ ਵਾ ਉਹ ਕਿਹੜੀ ਥਿਊਰਮ ਹੈ? ਉਹ ਨੋਰਟਨ ਥਿਊਰਮ ਹੈ। ਜਾਂ ਪੁੱਛ ਸਕਦੇ ਆ ਕਿ ਨੋਰਟਨ ਥਿਊਰਮ ਦੇ ਜਿਹੜੀ ਉਲਟ ਹੈ ਕਿਹੜੀ ਥਿਊਰਮ ਹੈ? ਥੈਮਲਿਨ ਥਿਊਰਮ ਹੈ। ਓਕੇ, ਅਤੇ ਇਹ ਸਾਡਾ ਪੂਰੇ ਦਾ ਪੂਰਾ ਸੋਰਸ ਹੀ ਆ ਜਾਣਾ, ਠੀਕ ਆ, ਜਿਹੜੀ ਡੋਟਡ ਲਾਈਨ ਮੈਂ ਸ਼ੋ ਕਰਦਾ ਪਿਆ ਨਾ। ਓਕੇ, ਨੈਕਸਟ ਥਿਊਰਮ ਹੈਗੀ ਆ ਸੁਪਰ ਪੋਜੀਸ਼ਨ ਥਿਊਰਮ, ਸੁਪਰ ਪੋਜੀਸ਼ਨ ਥਿਊਰਮ, ਸੁਪਰ ਪੋਜੀਸ਼ਨ ਥਿਊਰਮ। ਸੁਪਰ ਪੋਜੀਸ਼ਨ ਥਿਊਰਮ ਓਕੇ, ਅਤੇ ਸੁਪਰ ਪੋਜੀਸ਼ਨ ਥਿਊਰਮ ਆਪਾਂ ਪਹਿਲਾਂ ਦੱਸ ਦਈਏ ਕਿ ਕਿੱਥੇ ਇਹਨੂੰ ਅਪਲਾਈ ਕਰਦੇ ਹਾਂ। ਜਿੱਥੇ ਦੋ ਜਾਂ ਫਿਰ ਦੋ ਤੋਂ ਜ਼ਿਆਦਾ ਸੋਰਸ ਕਨੈਕਟਡ ਹੋਣ, ਠੀਕ ਹੈ, ਮੋਰ ਦੈਨ ਟੂ, ਮੋਰ ਦੈਨ ਟੂ ਐਨਰਜੀ ਸੋਰਸਿਸ, ਜਿੱਥੇ ਦੋ ਜਾਂ ਦੋ ਤੋਂ ਜ਼ਿਆਦਾ ਸੋਰਸਿਸ ਕਨੈਕਟਡ ਨੇ ਉੱਥੇ ਆਪਾਂ ਇਹਨੂੰ ਕਨੈਕਟ
ਉੱਥੇ ਆਪਾਂ ਇਹ ਜਿਹੜੀ ਥਿਊਰਮ ਆ ਅਪਲਾਈ ਕਰਦੇ ਹਾਂ। ਕਲੀਅਰ ਹੋ ਗਿਆ? ਅਤੇ ਜਿਹੜੀ ਇਹ ਥਿਊਰਮ ਹੈ, ਦਿਸ ਥਿਊਰਮ ਇਜ਼ ਨਾਟ ਐਪਲੀਕੇਬਲ ਟੂ, ਜਿਹੜਾ ਥਿਊਰਮ ਇਜ਼ ਨਾਟ ਐਪਲੀਕੇਬਲ ਟੂ, ਐਪਲੀਕੇਬਲ ਟੂ ਨੋਨ ਲੀਨੀਅਰ ਐਲੀਮੈਂਟ, ਨੋਨ ਲੀਨੀਅਰ ਐਲੀਮੈਂਟ, ਲੀਨੀਅਰ ਐਲੀਮੈਂਟਸ। ਕਲੀਅਰ ਹੋ ਗਿਆ? ਇਹ 'ਤੇ ਧਿਆਨ ਰੱਖਣਾ ਹੈ, ਠੀਕ ਹੈ। ਦਿਸ ਥਿਊਰਮ ਇਜ਼ ਨਾਟ ਐਪਲੀਕੇਬਲ ਟੂ, ਦਿਸ ਥਿਊਰਮ ਇਜ਼ ਨਾਟ ਐਪਲੀਕੇਬਲ ਟੂ ਯੂਨੀਲੇਟਰਲ ਐਲੀਮੈਂਟਸ, ਯੂਨੀਲੇਟਰਲ ਐਲੀਮੈਂਟਸ, ਯੂਨੀਲੇਟਰਲ ਲੇਟਰਲ ਐਲੀਮੈਂਟਸ ਐਲੀਮੈਂਟਸ। ਕਲੀਅਰ ਹੋ ਗਿਆ ਕਿ ਜਿਹੜੀ ਇਹ ਵਾਲੀ ਥਿਊਰਮ ਹੈ ਨੋਨ ਲੀਨੀਅਰ ਐਲੀਮੈਂਟ 'ਤੇ ਨਹੀਂ ਲੱਗੇਗੀ। ਨੋਨ ਲੀਨੀਅਰ ਐਲੀਮੈਂਟ ਕਿਹੜੇ ਹੁੰਦੇ ਆ? ਸਪੋਜ਼ ਕਰੋ ਇਹ ਗ੍ਰਾਫ ਹੈ, ਠੀਕ ਹੈ, ਇਹ ਵੀ ਆਈ ਕਰੈਕਟਰਿਸਟਿਕਸ ਨੇ, ਓਕੇ, ਵੀ ਆਈ ਕਰੈਕਟਰਿਸਟਿਕਸ ਨੇ, ਠੀਕ ਹੈ। ਇਹ 'ਚ ਹੈ ਕੀ ਆ ਕਿ ਇੱਕ ਡਾਇਰੈਕਸ਼ਨ 'ਚ ਜੇਕਰ ਆਪਾਂ ਕਰੰਟ ਫਲੋ ਕਰਵਾਉਂਦੇ ਹਾਂ, ਇੱਕ ਡਾਇਰੈਕਸ਼ਨ ਦੇ ਵਿੱਚ ਕਰੰਟ ਫਲੋ ਕਰਵਾਵਾਂਗੇ, ਉਹਦੇ ਕਰੈਕਟਰਿਸਟਿਕਸ ਮੰਨ ਲਓ ਏ ਵਾਲੇ ਆ, ਦੂਸਰੇ ਦੇ ਵਿੱਚ ਜੇਕਰ ਮੰਨ ਲਓ ਕਰੈਕਟਰਿਸਟਿਕਸ ਚੇਂਜ ਹੋ ਜਾਂਦੇ ਨੇ, ਜਿਹੜੇ ਵੀ ਐਲੀਮੈਂਟ ਦੇ ਚੇਂਜ ਹੋਣਗੇ ਉਹਨੂੰ ਕਹਿੰਦੇ ਨੇ ਨੋਨ ਲੀਨੀਅਰ ਐਲੀਮੈਂਟਸ। ਕੀ ਆਖਦੇ ਨੇ? ਨੋਨ ਲੀਨੀਅਰ ਐਲੀਮੈਂਟਸ, ਓਕੇ। ਅਤੇ ਯੂਨੀਲੇਟਰਲ ਅਤੇ ਬਾਈਲੇਟਰਲ ਮੈਂ ਆਲਰੇਡੀ ਜਿਹੜਾ ਪ੍ਰੀਵੀਅਸ ਲੈਕਚਰ ਹੀ ਉਹਦੇ ਵਿੱਚ ਮੈਂ ਦੱਸਿਆ ਹੋਇਆ ਹੈ ਕਿ ਜਦੋਂ ਕਰੰਟ ਕਿਸੇ ਐਲੀਮੈਂਟ ਦੇ ਵਿੱਚ ਫਲੋ ਕਰਦਾ ਹੈ, ਜੇਕਰ ਉਹ ਦੋਨੋਂ ਡਾਇਰੈਕਸ਼ਨਸ ਦੇ ਵਿੱਚ ਫਲੋ ਕਰੇ, ਠੀਕ ਹੈ, ਬਿਨਾਂ ਉਹਦੇ ਕਰੈਕਟਰਿਸਟਿਕਸ ਜਿਹੜੇ ਆ ਸੈਕਰੀਫਾਈਸ ਕੀਤੇ ਜਾਂ ਬਿਨਾਂ ਕਰੈਕਟਰਿਸਟਿਕਸ ਚੇਂਜ ਕੀਤੇ ਆ, ਉਹਨੂੰ ਬਾਈਲੇਟਰਲ ਐਲੀਮੈਂਟ ਬੋਲਦੇ ਨੇ। ਅਤੇ ਜੇਕਰ ਮੰਨ ਲਓ ਡਾਇਡ ਆਪਾਂ ਲਿਆ ਲਈਏ, ਸਪੋਜ਼ ਕਰੋ ਇਹਦੇ ਵਿੱਚੋਂ ਇੱਧਰੋਂ ਤਾਂ ਕਰੰਟ ਆਸਾਨੀ ਨਾਲ ਫਲੋ ਕਰ ਜਾਏਗਾ, ਬਟ ਇੱਧਰ ਕੀ ਹੋਏਗਾ? ਕਰੰਟ ਨਹੀਂ ਫਲੋ ਕਰੇਗਾ, ਠੀਕ ਹੈ। ਇੱਧਰ ਰਿਵਰਸ ਵਾਈਸ ਕੰਡੀਸ਼ਨ ਦੇ ਵਿੱਚ ਕਰੰਟ ਜਿਹੜਾ ਵਾ ਨਹੀਂ ਫਲੋ ਕਰਦਾ, ਜਿਸ ਕਰਕੇ ਕੀ ਹੋਏਗਾ ਕਿ ਡਾਇਡ ਸਾਡਾ ਇੱਕ ਡਾਇਰੈਕਸ਼ਨ ਦੇ ਵਿੱਚ ਤਾਂ ਕੰਡਕਟ ਕਰੇਗਾ, ਦੂਸਰੀ ਸਾਈਡ 'ਤੇ ਨਹੀਂ ਕੰਡਕਟ ਕਰੇਗਾ। ਇਸ ਕਰਕੇ ਜਿਹੜੇ ਸਰਕਿਟ ਦੇ ਵਿੱਚੋਂ ਜਾਂ ਜਿਹੜੇ ਕੰਪੋਨੈਂਟ ਦੇ ਵਿੱਚੋਂ ਸਿਰਫ ਇੱਕ ਹੀ ਡਾਇਰੈਕਸ਼ਨ ਦੇ ਵਿੱਚ ਕਰੰਟ ਫਲੋ ਕਰਦਾ ਹੈ ਉਹਨੂੰ ਬੋਲਦੇ ਨੇ ਯੂਨੀਲੇਟਰਲ ਐਲੀਮੈਂਟਸ ਜਾਂ ਯੂਨੀਲੇਟਰਲ ਕੰਪੋਨੈਂਟਸ, ਠੀਕ ਹੈ। ਸੁਪਰਪੋਜੀਸ਼ਨ ਥਿਊਰਮ ਆਪਾਂ ਕਿੱਥੇ ਅਪਲਾਈ ਕਰਾਂਗੇ? ਜਿੱਥੇ ਦੋ ਜਾਂ ਦੋ ਤੋਂ ਵੱਧ ਸੋਰਸਸ ਜਿਹੜੇ ਆ ਲੱਗੇ ਹੋਣ, ਮੋਰ ਦੈਨ ਟੂ ਸੋਰਸਸ ਲੱਗੇ ਹੋਣ, ਠੀਕ ਹੈ। ਵੈਸੇ ਤਾਂ ਉੱਥੇ ਆਪਣਾ ਥੈਮਿਨਿਨ ਥਿਊਰਮ ਵੀ ਆਪਾਂ ਅਪਲਾਈ ਕਰ ਸਕਦੇ ਹਾਂ, ਬਟ ਇਹਦੀ ਕੰਡੀਸ਼ਨ ਕੀ ਆ ਕਿ ਇਹ ਇਹਦੇ ਵਾਸਤੇ ਦੋ ਸੋਰਸ ਘੱਟ ਤੋਂ ਘੱਟ ਲੱਗੇ ਹੋਣੇ ਜ਼ਰੂਰੀ ਆ। ਦੂਸਰਾ ਕੀ ਆ ਕਿ ਉਹ ਇਹ ਥਿਊਰਮ ਕਿੱਥੇ ਐਪਲੀਕੇਬਲ ਨਹੀਂ ਹੈਗੀ, ਠੀਕ ਹੈ, ਇਹ ਐਪਲੀਕੇਬਲ ਉੱਥੇ ਨਹੀਂ ਹੈਗੀ ਜਿੱਥੇ ਨੋਨ ਲੀਨੀਅਰ ਜਿਹੜਾ ਵਾ ਐਲੀਮੈਂਟਸ ਹੈਗੇ ਆ। ਦੂਜਾ ਕੀ ਆ? ਯੂਨੀਲੇਟਰਲ ਐਲੀਮੈਂਟਸ ਹੈਗੇ ਆ, ਉੱਥੇ ਇਹ ਥਿਊਰਮ ਜਿਹੜੀ ਆ ਨਹੀਂ ਐਪਲੀਕੇਬਲ ਹੋਏਗੀ। ਇਹਨੂੰ ਤੁਸੀਂ ਯਾਦ ਕਰਨਾ ਹੈ, ਇਹਨੂੰ ਤੁਸੀਂ ਧਿਆਨ 'ਚ ਰੱਖਣਾ ਹੈ, ਠੀਕ ਹੈ, ਠੀਕ ਹੈ। ਕਹਿਣ ਦਾ ਮਤਲਬ ਕੀ ਆ ਕਿ ਜੇ ਆਪਾਂ ਇਹਦੀ ਗੱਲ ਕਰੀਏ ਕਿ ਇੱਕ ਤਾਂ ਮਤਲਬ ਜਿਹੜਾ ਸਰਕਿਟ ਉਹ ਲੀਨੀਅਰ ਹੋਣਾ ਚਾਹੀਦਾ ਵਾ, ਨੈਟਵਰਕ ਲੀਨੀਅਰ ਹੋਣਾ ਚਾਹੀਦਾ ਵਾ, ਅਤੇ ਇੱਕ ਕੀ ਆ, ਇੱਕ ਕੀ ਹੈ ਕਿ ਬਾਇਲੇਟਰਲ ਹੋਣਾ ਚਾਹੀਦਾ ਵਾ, ਠੀਕ ਹੈ। ਐਕਚੁਅਲੀ ਇਹਦੇ ਵਿੱਚ ਹੁੰਦਾ ਕੀ ਆ ਕਿ ਮੰਨ ਲਓ ਕਿ ਇਹ ਇੱਕ ਸਾਡੇ ਕੋਲ ਨੈਟਵਰਕ ਹੈ, ਠੀਕ ਹੈ, ਇਹ ਰਜਿਸਟਰ ਹੈ, ਅਤੇ ਇੱਕ ਸਾਡੇ ਕੋਲ ਸੋਰਸ ਏ ਵਾਲਾ ਲੱਗਾ ਹੈ, ਦੋ ਸੋਰਸ ਲੱਗੇ ਟੋਟਲ, ਠੀਕ ਹੈ, ਇਹ E1 ਨੇ ਅਤੇ ਇਹਨੂੰ ਕਹਿੰਦੇ ਨੇ E2, ਓਕੇ। ਅਤੇ ਸਭ ਤੋਂ ਪਹਿਲਾਂ ਆਪਾਂ
ਇਹਨੂੰ ਕੈਲਕੂਲੇਟ ਕਰਨ ਦੇ ਲਈ ਜਿਹੜਾ ਸਾਡਾ ਇਹ ਵਾਲਾ ਸੋਰਸ ਹੈ, ਇਹ ਵਾਲਾ ਸੋਰਸ ਹੈ E2 ਨੂੰ ਆਪਾਂ ਰਿਮੂਵ ਕਰ ਦਾਂਗੇ। ਠੀਕ ਹੈ, E2 ਨੂੰ ਕੀ ਕਰਾਂਗੇ, ਰਿਮੂਵ ਕਰ ਦਾਂਗੇ। ਓਕੇ, ਰਿਮੂਵ ਮਤਲਬ ਜੇਕਰ ਵੋਲਟੇਜ ਸੋਰਸ ਹੈ ਉਹਨੂੰ ਆਪਾਂ ਸ਼ਾਰਟ ਸਰਕਿਟ ਕਰ ਦਾਂਗੇ, ਅਤੇ ਫਿਰ ਆਪਾਂ ਦੇਖਾਂਗੇ ਕਿੰਨਾ ਕਰੰਟ ਜਿਹੜਾ ਵਾ ਫਲੋ ਕਰਦਾ ਪਿਆ ਹੈ। ਓਕੇ, ਅਤੇ ਦੂਜੇ ਕੇਸ ਦੇ ਵਿੱਚ ਫਿਰ ਕੀ ਕਰਾਂਗੇ ਆਪਾਂ, ਦੂਸਰੇ ਕੇਸ ਦੇ ਵਿੱਚ ਆਪਾਂ E1 ਨੂੰ ਰਿਮੂਵ ਕਰ ਦਾਂਗੇ। ਠੀਕ ਹੈ, ਫਿਰ ਇਸ ਕੇਸ ਦੇ ਵਿੱਚ ਕੀ ਆ, E1 ਰਿਮੂਵ ਕਰਤਾ, ਅਤੇ ਫਿਰ ਆਪਾਂ ਇਹ ਵੇਖਾਂਗੇ ਕਿ E2 ਕਰਕੇ ਕਿੰਨਾ ਕਰੰਟ ਜਿਹੜਾ ਵਾ ਫਲੋ ਕਰਦਾ ਪਿਆ ਹੈ। ਠੀਕ ਹੈ, ਇੱਕ ਵਾਰੀ ਕਰੰਟ ਦੀ ਡਾਇਰੈਕਸ਼ਨ ਇਹ ਹੋ ਜਾਏਗੀ, ਦੂਸਰੀ ਵਾਰੀ ਕਰੰਟ ਦੀ ਡਾਇਰੈਕਸ਼ਨ ਇਹ ਹੋ ਜਾਏਗੀ, ਅਤੇ ਫਿਰ ਆਪਾਂ ਜਿਹੜਾ ਟੋਟਲ ਕਰੰਟ ਵਾ ਉਹਨੂੰ ਕੈਲਕੂਲੇਟ ਕਰ ਲਾਂਗੇ, ਕਿ ਜਿਹੜਾ ਤਾਂ ਕਰੰਟ ਮੰਨ ਲਓ ਇਸ ਰਜਿਸਟਰ ਦੇ ਵਿੱਚ ਉਹ ਸੇਮ ਡਾਇਰੈਕਸ਼ਨ ਦੇ ਵਿੱਚ ਫਲੋ ਕਰਦਾ ਪਿਆ ਹੈ ਉਹ ਪਲੱਸ ਹੋ ਜਾਏਗਾ, ਅਤੇ ਇਸ ਰਜਿਸਟਰ ਦੇ ਵਿੱਚ ਕਰੰਟ ਜਿਹੜਾ ਵਾ ਓਪੋਜ਼ਿਟ ਡਾਇਰੈਕਸ਼ਨ 'ਚ ਫਲੋ ਕਰੇਗਾ ਉਹ ਮਾਈਨਸ ਹੋ ਜਾਏਗਾ, ਅਤੇ ਜੋ ਰਿਜ਼ਲਟੈਂਟ ਕਰੰਟ ਹੋਏਗਾ ਅਲਜੈਬਰਿਕ ਸਮ ਜਦੋਂ ਲੈਣ ਤੋਂ ਬਾਅਦ ਉਹ ਸਾਡਾ ਫਾਈਨਲ ਕਰੰਟ ਹੋਏਗਾ। ਮੇਨ ਚੀਜ਼ ਸਿਰਫ ਇਹ 'ਤੇ ਤੁਸੀਂ ਫੋਕਸ ਕਰਨਾ ਕਿ ਕਿੱਥੇ ਅਪਲਾਈ ਕਰ ਸਕਦੇ ਹਾਂ ਅਤੇ ਕਿੱਥੇ ਨਹੀਂ ਅਪਲਾਈ ਕਰ ਸਕਦੇ, ਅਤੇ ਇਹਦੇ ਵਿੱਚੋਂ ਹੀ ਕੁਐਸਚਨ ਜਿਹੜਾ ਨਿਕਲੇਗਾ ਤੁਹਾਡਾ। ਕਲੀਅਰ ਹੋ ਗਿਆ? ਨੈਕਸਟ ਫੋਰਥ ਥਿਊਰਮ ਹੈਗੀ ਆ ਮੈਕਸੀਮਮ ਪਾਵਰ ਟ੍ਰਾਂਸਫਰ ਥਿਊਰਮ। ਮੈਕਸੀਮਮ ਪਾਵਰ ਟ੍ਰਾਂਸਫਰ ਥਿਊਰਮ, ਟ੍ਰਾਂਸਫਰ ਥਿਊਰਮ, ਮੈਕਸੀਮਮ ਪਾਵਰ ਟ੍ਰਾਂਸਫਰ ਥਿਊਰਮ। ਓਕੇ, ਹੁਣ ਸਿੰਪਲ ਕੀ ਆ ਕਿ ਮੈਕਸੀਮਮ ਪਾਵਰ ਕਿਸੇ ਵੀ ਸਰਕਿਟ ਦੇ ਵਿੱਚ ਕਦੋਂ ਟ੍ਰਾਂਸਫਰ ਹੋਏਗੀ। ਠੀਕ ਹੈ, ਮੈਕਸੀਮਮ ਪਾਵਰ ਦਾ ਮਤਲਬ ਕੀ ਆ ਕਿ ਕੋਈ ਵੀ ਸਰਕਿਟ ਹੈ ਸਾਡੇ ਕੋਲ, ਟੂ ਟਰਮੀਨਲ ਸਰਕਿਟ ਲੈ ਲਓ, ਉਹ 'ਚੋਂ ਮੈਕਸੀਮਮ ਪਾਵਰ ਕਦੋਂ ਟ੍ਰਾਂਸਫਰ ਹੋਏਗੀ, ਉਹ ਕਦੋਂ ਹੋਏਗੀ। ਆਪਾਂ ਇਹਦੇ ਵਿੱਚ ਐਗਜ਼ਾਮਪਲ ਲੈ ਲੈਂਦੇ ਹਾਂ, ਜਿਹੜਾ ਥੈਵਨਿਨ ਥਿਊਰਮ ਦੇ ਨਾਲ ਆਪਾਂ ਸਰਕਿਟ ਫਾਇੰਡ ਕੀਤਾ ਸੀ ਨਾ, ਕੈਲਕੂਲੇਟ ਕੀਤਾ ਸੀ, ਉਹਦੀ ਗੱਲ ਕਰ ਲੈਂਦੇ ਹਾਂ। RTH ਨੂੰ ਆਪਾਂ RI ਲੈ ਲਿਆ। ਠੀਕ ਹੈ, RI ਦਾ ਮਤਲਬ ਇੰਟਰਨਲ ਰਜਿਸਟੈਂਸ। ਠੀਕ ਹੈ, ਇਹਨੂੰ ਆਪਾਂ ETH ਲਿਖਿਆ ਵਾ, ਇਹਨੂੰ ਆਪਾਂ ਉਹ ਵੀ ਲਿਖ ਦਿੰਦੇ ਹਾਂ, ਕੋਈ ਗੱਲ ਨਹੀਂ। ਆ ਹੋ ਗਿਆ ਵੀ, ਕੀ ਲਿਖਤਾ ਇੱਥੇ ਆਪਾਂ, ਵੀ ਲਿਖਿਆ ਹੈ। ਓਕੇ, ਅਤੇ ਇਹ ਕੀ ਆ ਸਾਡੇ ਕੋਲ RL, RL ਮਤਲਬ ਲੋਡ ਰਜਿਸਟੈਂਸ। ਠੀਕ ਹੈ, ਇਹਦੇ ਕੀ ਹੋਏਗਾ, ਇਨ DC ਸਰਕਿਟਸ, ਇਨ DC ਸਰਕਿਟਸ ਮੈਕਸੀਮਮ ਪਾਵਰ ਇਜ਼ ਟ੍ਰਾਂਸਫਰਡ ਫਰੋਮ, ਮੈਕਸੀਮਮ ਪਾਵਰ ਇਜ਼ ਟ੍ਰਾਂਸਫਰਡ ਫਰੋਮ, ਫਰੋਮ ਆ ਸੋਰਸ ਟੂ ਲੋਡ, ਫਰੋਮ ਆ ਸੋਰਸ ਟੂ ਲੋਡ ਵੈਨ ਦੀ ਲੋਡ ਰਜਿਸਟੈਂਸ ਇਜ਼ ਮੇਡ, ਵੈਨ ਦੀ ਲੋਡ ਰਜਿਸਟੈਂਸ RL। ਠੀਕ ਹੈ, ਵੈਨ ਦੀ ਲੋਡ ਰਜਿਸਟੈਂਸ ਇਜ਼ ਮੇਡ, ਰਜਿਸਟੈਂਸ ਇਜ਼ ਮੇਡ ਇਕੁਅਲ, ਮੇਡ ਇਕੁਅਲ ਟੂ, ਇਕੁਅਲ ਟੂ ਦੀ ਇੰਟਰਨਲ ਰਜਿਸਟੈਂਸ ਆਫ, ਇੰਟਰਨਲ ਰਜਿਸਟੈਂਸ, ਇੰਟਰਨਲ ਰਜਿਸਟੈਂਸ ਕਿਹੜੀ ਹੈ ਸੋਰਸ ਦੀ, RI, ਇਹਨੂੰ ਆਪਾਂ ਕਰ ਦਿੰਦੇ ਹਾਂ, ਇਹ ਪੂਰਾ ਸਾਡਾ ਕੀ ਹੈ,
ਇੱਕ ਤਰ੍ਹਾਂ ਦਾ ਵੋਲਟੇਜ ਸੋਰਸ ਹੈ। ਇੰਟਰਨਲ ਰਜਿਸਟੈਂਸ ਆਰ ਆਈ ਆਫ ਦੀ ਸੋਰਸ, ਆਫ ਦੀ ਸੋਰਸ, ਆਫ ਦੀ ਸੋਰਸ, ਠੀਕ ਹੈ। ਡੈਫੀਨੇਸ਼ਨ ਕੀ ਕਹਿੰਦੀ ਆ, ਕੋਈ ਇੱਕ ਸਰਕਿਟ ਹੈ ਡੀ ਸੀ, ਉਹਦੇ ਵਿੱਚ ਮੈਕਸੀਮਮ ਪਾਵਰ ਕਦੋਂ ਟ੍ਰਾਂਸਫਰ ਹੋਏਗੀ, ਜਦੋਂ ਲੋਡ ਦੀ ਰਜਿਸਟੈਂਸ ਬਰਾਬਰ ਹੋ ਜਾਏਗੀ ਇੰਟਰਨਲ ਰਜਿਸਟੈਂਸ, ਸੋਰਸ ਦੀ ਇੰਟਰਨਲ ਰਜਿਸਟੈਂਸ। ਹੁਣ ਇਹਦਾ ਡਰਾਬੈਕ ਕੀ ਹੈ, ਠੀਕ ਹੈ, ਜੇ ਤਾਂ ਕੁਐਸਚਨ ਬਣਦਾ ਹੈ, ਇਹਦਾ ਡਰਾਬੈਕ ਇਹ ਆ ਕਿ ਜੇਕਰ ਆਪਾਂ ਮੈਕਸੀਮਮ ਪਾਵਰ ਟ੍ਰਾਂਸਫਰ ਕਰਦੇ ਹਾਂ, ਜੇਕਰ ਅਸੀਂ ਮੈਕਸੀਮਮ ਪਾਵਰ ਟ੍ਰਾਂਸਫਰ ਕਰਦੇ ਹਾਂ ਤਾਂ ਜਿਹੜੀ ਸਰਕਿਟ ਦੀ ਸਾਡੀ ਐਫੀਸ਼ੀਐਂਸੀ ਆ ਉਹ ਕਿੰਨੀ ਰਹਿ ਜਾਏਗੀ, 50%। ਐਫੀਸ਼ੀਐਂਸੀ ਕਿੰਨੀ ਰਹਿ ਜਾਏਗੀ, 50%, ਮਤਲਬ 50% ਸਾਡੀ ਪਾਵਰ ਜਿਹੜੀ ਵੇਸਟ ਹੋ ਜਾਏਗੀ ਮੈਕਸੀਮਮ ਪਾਵਰ ਨੂੰ ਟ੍ਰਾਂਸਫਰ ਕਰਨ ਦੇ ਚੱਕਰ ਦੇ ਵਿੱਚ। ਕਲੀਅਰ ਹੋ ਗਿਆ? ਅਤੇ ਇਹ ਜਿਹੜੇ ਮਤਲਬ ਇਹਨੂੰ ਆਪਾਂ ਯੂਜ਼ ਕਿੱਥੇ ਕਰਦੇ ਹਾਂ, ਮੈਕਸੀਮਮ ਪਾਵਰ ਆਪਾਂ ਯੂਜ਼ ਟ੍ਰਾਂਸਫਰ ਕਰ ਕਿੱਥੇ ਕਰਦੇ ਹਾਂ, ਇਲੈਕਟ੍ਰੋਨਿਕ ਸਰਕਿਟ ਦੇ ਵਿੱਚ, ਇਲੈਕਟ੍ਰੋਨਿਕਸ ਸਰਕਿਟਸ ਦੇ ਵਿੱਚ, ਠੀਕ ਹੈ। ਇਹਦੇ ਵਿੱਚ ਕੀ ਆ, ਪਾਵਰ ਐਂਪਲੀਫਾਇਰ ਹੁੰਦੇ ਨਾ, ਉਹਦੇ ਵਿੱਚ ਆਪਾਂ ਥਿਊਰਮ ਇਹ ਅਪਲਾਈ ਹੁੰਦੀ ਹੈ ਪਾਵਰ ਐਂਪਲੀਫਾਇਰ ਦੇ ਵਿੱਚ, ਕਿਉਂਕਿ ਉਹਦੇ ਵਿੱਚ ਮੈਕਸੀਮਮ ਪਾਵਰ ਨੂੰ ਟ੍ਰਾਂਸਫਰ ਕਰਨ ਦੀ ਜ਼ਰੂਰਤ ਪੈਂਦੀ ਹੈ ਪਾਵਰ ਐਂਪਲੀਫਾਇਰ। ਹੁਣ ਜੇ ਇਲੈਕਟ੍ਰੀਕਲ ਸਰਕਿਟ ਦੇ ਵਿੱਚ ਇਹਨੂੰ ਆਪਾਂ ਅਪਲਾਈ ਕਰਾਂਗੇ, ਉਹਦੇ ਨਾਲ ਕੀ ਆ, ਮੰਨ ਲਓ ਜਨਰੇਟਿੰਗ ਸਟੇਸ਼ਨ 'ਤੇ ਕੋਈ ਪਾਵਰ ਜਿਹੜੀ ਆ 10 MW ਆਪਾਂ ਜਨਰੇਟ ਕੀਤੀ ਹੈ, ਉਹਨੂੰ ਆਪਾਂ ਮੈਕਸੀਮਮ ਪਾਵਰ ਜੇਕਰ ਆਪਾਂ ਕਰਾਂਗੇ ਤਾਂ ਉਹਦੇ ਵਿੱਚੋਂ ਅੱਧੀ ਪਾਵਰ ਜਿਹੜੀ ਸਾਡੀ ਵੇਸਟ ਹੋ ਜਾਏਗੀ, ਠੀਕ ਹੈ। ਓਕੇ, ਕਲੀਅਰ ਹੋ ਗਿਆ? ਸਿਰਫ ਇੰਨਾ ਕੁ ਯਾਦ ਰੱਖ ਲਿਓ ਕਿ ਇਹਦੀ ਜਿਹੜੀ ਐਫੀਸ਼ੀਐਂਸੀ ਹੈ 50% ਰਹਿ ਜਾਂਦੀ ਆ, ਇਹਦੇ 'ਤੇ ਇਹੀ ਕੁਐਸਚਨ ਜਿਹੜਾ ਅਕਸਰ ਆ ਜਾਂਦਾ। ਓਕੇ ਓਕੇ, ਥੈਂਕ ਯੂ।